मोगा पुलिस को बीती देर शाम उस समय भर सफलता मिली जब पुलिस ने थर धर्म कोर्ट के अधीन पट्टे गांव बड़ूवाला में नाके के दौरान एक मोटरसाइकिल को रोका जिस पर 3 लोग सवार थे। जब उनसे मोटरसाइकिल के कागजों के बारे में पूछा गया तो वे डर गए और मोटरसाइकिल के कागज नहीं दिखा सके। पुलिस की गहन जांच करने पर उन्होंने माना कि वह अभी 10 मोटरसाइकिल चोरी कर चुके हैं और उन्होंने पुलिस निशानदेही पर 10 मोटरसाइकिल बरामद करवा दिए। पुलिस ने 3 आरोपियों के खिलाफ मामला दर्ज कर लिया है। उक्त जानकारी डीएसपी सुरेंद्र सिंह ने मीडिया को एक प्रेस वार्ता दौरान बताई। ਸਾਡੀ ਸੀਆਈ ਦੀ ਪਾਰਟੀ ਧਰਮਕੋਟ ਏਰੀਏ ਦੇ ਵਿੱਚ ਗਸ਼ਤੇ ਸੀਗੀ। ਏਐਸਆਈ ਅਕਵਾਲ ਸੈਨ ਤੇ ਏਐਸਆਈ ਬਲਵਿੰਦਰ ਤੇ ਨਾਲ ਪੁਲਿਸ ਪਾਰਟੀ ਔਰ ਗਸ਼ਤ ਦੇ ਦੌਰਾਨ ਹੀ ਢੋਲੇਵਾ ਪਿੰਡ ਕੋਲੋਂ ਮੋਟਰਸਾਈਕਲ 'ਤੇ ਇਹ ਬੰਦੇ ਆ ਰਹੇ ਸੀਗੇ। ਜਦੋਂ ਇਹਨੂੰ ਰੋਕ ਕੇ ਚੈੱਕਅਪ ਕੀਤਾ ਅਤੇ ਇਹਨਾਂ ਜਿਹੜਾ ਮੋਟਰਸਾਈਕਲ ਸੀਗੇ ਉਹ ਚੋਰੀ ਦੇ ਨਿਕਲੇ ਔਰ ਜਦੋਂ ਹੋਰ ਡੰਗਾਈ ਨਾਲ ਥੋੜ੍ਹੀ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਅਸੀਂ ਦਫਾ 27 ਦੇ ਵਿੱਚ ਇਹਨਾਂ ਕੋਲ ਹੋਰ ਕਵੀਆਂ ਕਰਾਈਆਂ। ਉਹਦੇ ਸੰਬੰਧੀ ਅਸੀਂ FIR ਦਰਜ ਕੀਤੀ ਆ ਧਰਮਕੋਟ ਦੇ ਵਿੱਚ। 180 10 ਮੋਟਰਸਾਈਕਲ ਔਰ ਹੈਗੀ ਆ ਔਰ ਸਕੂਟਰੀ ਜਿਹੜਾ ਆਪਣਾ ਹੈਗਾ ਇਹਨਾਂ ਦਾ ਜਿਹੜਾ ਸਰਪੰਚ ਹੈਗਾ ਜੀ ਬਲਵਿੰਦਰ ਸਿੰਘ ਔਰ ਇਹਦਾ ਭਰਾ ਹੈਗਾ ਸੁਖਵਿੰਦਰ ਅਤੇ ਇਹਨਾਂ ਦਾ ਇੱਕ ਸਾਲਾ ਲੱਗਦਾ ਆ ਬਿੰਦ ਵੀਰ ਵਲਿਮ ਸਾਹਿਬ ਦੇ ਪਿੰਡ ਹੈਗਾ ਮਦਾਰਪੁਰਾ ਮੌਜੂਦਾ ਸਰ। ਕੌਣ ਸੀ ਪਾਰਟੀ ਦੇ ਸੰਬੰਧਿਤ ਹੈ ਜੀ? ਪਾਰਟੀ ਦਾ ਸਰਪੰਚ ਤਾਂ ਸਰਪੰਚ ਹੈ ਜੀ, ਹੁਣ ਇਹਦੇ ਬਾਰੇ ਹਾਲੇ ਨਹੀਂ ਕੁਛ ਕਹਿ ਸਕਦੇ। ਪਹਿਲਾਂ ਐਨਡੀ ਦਾ ਇਹਦੇ 'ਤੇ ਪਰਚਾ ਦਰਜ ਹੈਗਾ ਐਨਡੀ ਸੈਕਟਰ ਦਾ ਜੀ ਜੀ, ਉਹਦੀ ਪਰ ਥੋੜ੍ਹੀ ਰਿਕਵਰੀ ਆ 4-5 ਗ੍ਰਾਮ ਦੀ ਔਰ ਦੂਸਰੇ 'ਤੇ ਚੋਰੀ ਦੇ ਮੁਕੱਦਮੇ ਹੈਗੇ ਆ ਜਿਹੜਾ ਇਹਦਾ ਦੂਜਾ ਬੰਦਾ ਹੈਗਾ। ਫਿਰੋਜ਼ਪੁਰ ਮਾਹੂ ਸਾਈਡ ਸੀਗੇ ਔਰ ਜਿਹੜੇ ਹੁਣ ਵਾਲੇ ਸਾਡੇ ਜੋ ਪੁੱਛਗਿੱਛ ਹੈ ਕਪੂਰਥਲਾ ਅਤੇ ਔਰ ਫਿਰੋਜ਼ਪੁਰ ਵਾਲੇ ਪਾਸਿਓਂ ਹੀ ਇਹਨਾਂ ਨੇ ਚੋਰੀ ਕੀਤੀ ਸਰ। FIR ਦਰਜ ਕਰ ਦਿੱਤੀ ਹੈ 379-4-20 ਔਰ 411 IPC ਦੇ ਵਿੱਚ FIR ਦਰਜ PS ਧਰਮਕੋਟ ਅਸੀਂ ਦਰਜ ਕਰ ਦਿੱਤੀ। ਤੋ ਸਰ ਅਭੀ ਤੱਕ ਕੀ ਜਾਣਕਾਰੀ ਮੈਂ ਕਿਆ ਸਾਹਮਣੇ ਆਇਆ ਇਨਕੁਆਇਰੀ ਮੈਂ ਕਿ ਕੁਛ ਹੋਰ ਵੀ ਸਾਥੀ ਹੈ ਹਾਲੇ ਰਿਮਾਂਡ 'ਤੇ ਲਵਾਂਗੇ ਅਸੀਂ ਔਰ ਫਰਦਰ ਇੰਟਰੋਗੇਸ਼ਨ 'ਚ ਦੌਰਾਨ ਹੋਰ ਵੀ ਗੱਲਾਂ ਸਾਹਮਣੇ ਆ ਸਕਦੀਆਂ। ਹਰਪਾਲ ਸਿੰਘ, ਦਿਵਯ ਪੰਜਾਬ TV, ਮੋਗਾ।